ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ ਸਾਡਾ ਬਦਸਤੂਰ ਜਾਰੀ ਹੈ ਔਰ ਮੈਂ ਸਵਾਲ ਪੁੱਛਿਆ ਸੀਗਾ ਉੱਥੇ ਦੇ ਸੈਸ਼ਨ ਦਾ ਔਰ ਸਾਡੇ ਮੁਲਕਾਂ ਦੇ ਵਿੱਚ ਜਿਹੜਾ ਸੈਸ਼ਨ ਲੱਗਦਾ ਇਸ ਸੈਸ਼ਨ ਦਾ ਕਿਸ ਤਰੀਕੇ ਦਾ ਫਰਕ ਹੈਗਾ ਕਾਲਰਸ ਬਹੁਤ ਸਾਰੇ ਇਸ ਟਾਈਮ ਫੋਨ 'ਤੇ ਜੁੜੇ ਹੋਏ ਨੇ ਉਹਨਾਂ ਦੇ ਵੀ ਪ੍ਰਤੀਕਰਮ ਅਸੀਂ ਜਾਣ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਕਹਿਣਾ ਚਾਹੋਗੇ ਮੈਂ ਭਾਅ ਜੀ ਬੁਲੇ ਹੰਟਨ ਤੋਂ ਮੈਂ ਛੋਟੀ ਗੱਲ ਕਰਨੀ ਚਾਹੁੰਦਾ ਜੇ ਮੈਨੂੰ ਤੁਸੀਂ ਇੱਕ ਮਿੰਟ ਦਾ ਟਾਈਮ ਦਿਓ ਜੀ ਜੀ ਗੋ ਹੈਡ ਜੀ ਗੋ ਹੈਡ ਇਹ ਟਾਈਮ ਮੇਰਾ ਨਾ ਰਾਜਨੀਤੀ ਨਾਲ ਬੜਾ ਡੂੰਘਾ ਲਿੰਕ ਰਿਹਾ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ ਜੀ ਵੀ ਜਿਹੜੇ ਸਿਆਸੀ ਲੋਕ ਨਾ ਸਿਆਸੀ ਲੋਕਾਂ ਦਾ ਕੋਈ ਧਰਮ ਨਹੀਂ ਹੈ ਜੀ 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 ਹਾਂਜੀ ਇਹੀ ਲੋਕ ਪੰਜਾਬ ਦੇ ਵਿੱਚ ਰੌਲਾ ਪਾਉਂਦੇ ਆ ਅਸੀਂ ਕਿਸੇ ਨੂੰ ਪਾਣੀ ਨਹੀਂ ਦੇਣਾ ਜੇ ਨਹੀਂ ਕਰਨਾ ਪਰ ਇਹ ਲੋਕ ਹਰਿਆਣੇ 'ਚ ਜਾਂਦੇ ਆ ਇਹ ਲੋਕ ਉੱਥੇ ਬੋਲਦੇ ਆ ਵੀ ਹਰਿਆਣੇ ਦਾ ਪਾਣੀ ਤੇ ਹੱਕ ਹੈਗਾ ਜੀ ਪਟਕਾ ਸਾਹਿਬ ਚੱਕ ਕੇ ਇਹ ਲੋਕ ਸਹੁੰ ਖਾਂਦੇ ਆ ਚਾਹੇ ਕੁਛ ਵੀ ਕਰਦੇ ਆ ਇੱਕੋ ਕਹਿਣ ਦਾ ਮਕਸਦ ਆ ਤੁਸੀਂ ਇਹ ਬਹੁਤ ਵਧੀਆ ਭਾਜੀ ਮੁੱਦਾ ਚੱਕਿਆ ਆ ਬਹੁਤ ਵਧੀਆ ਗੱਲ ਆ ਮੈਂ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦਾ ਮੈਂ ਕਿਸੇ ਦਾ ਨਾਂ ਨੀ ਲੈਂਦਾ ਇੱਕ ਬਹੁਤ ਵੱਡੇ ਵੱਡੇ ਸ਼ਖਸ ਆ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਆਪਣੇ ਦਾ ਅਹੁਦਾ ਦਿੱਤਾ ਗਿਆ ਸੀਗਾ ਤੇ ਉੱਥੇ ਨਾ ਜਿਹੜੇ ਆਪਣੇ ਵੱਡੇ ਸੀਗੇ ਆਪਣੇ ਰਾਂਝੀ ਸਾਹਿਬ ਉਹਨਾਂ ਦਾ ਦੋ ਵਾਰੀ ਜਵਾਨ ਫਿਸਲ ਗਈ ਦੇਣ ਲੱਗਿਆ ਮੈਂ ਇਹ ਕਹਿਣਾ ਚਾਹੁੰਦਾ ਵੀ ਰੱਬ ਹੈ ਤੇ ਘਰ ਰਹਿਣਾ ਵੀ ਰਾਜਨੀਤੀ ਜਿਹੜੀ ਰਾਜਨੀਤੀ ਆ ਤੁਸੀਂ ਭਾਜੀ ਬਹੁਤ ਵਧੀਆ ਮੁੱਦਾ ਚੱਕਿਆ ਮੈਂ ਫੋਨ ਕੱਟਣ ਲੱਗਾ ਮੈਂ ਜ਼ਿਆਦਾ ਤੁਹਾਡਾ ਟਾਈਮ ਲੈਂਦਾ ਬਸ ਇਹੀ ਕਹਿਣਾ ਚਾਹੁੰਦਾ ਜੀ ਵੀ ਇਹ ਤੁਸੀਂ ਜਿੱਦਾਂ ਦੇ ਕਰੋੜ ਭਾਜੀ ਲੈ ਕੇ ਆਉਂਦੇ ਦੁਨੀਆ ਉੱਠੂਗੀ ਗਾਂਹ ਜਾਊਗੀ ਲੋਕਾਂ ਨੂੰ ਪਤਾ ਲੱਗੂਗਾ ਤੇ ਦੁਨੀਆ ਨਾਲ ਜੁੜੂਗੀ ਜੀ ਜੀ ਬਸ ਮੇਰਾ ਇੱਕ ਮਿਲ ਤੇ ਗੱਲ ਸੀ ਮੈਂ ਇਹ ਕਹਿ ਦਿੱਤੀ ਆ ਇਹ ਤੋਂ ਬਾਅਦ ਮੈਂ ਕੁਛ ਨੀ ਕਹਿਣਾ ਤੇ ਇਹ ਭਾਜੀ ਜਿਹੜੇ ਰਾਜਨੀਤੀ ਵਾਲੇ ਲੋਕ ਆ ਇਹਨਾਂ ਦੇ ਉੱਤੇ ਭਰੋਸਾ ਕਰਨਾ ਤਾਂ ਭਰੋਸਾ ਉੱਡਦਾ ਜਾ ਰਿਹਾ ਉੱਡਦਾ ਜਾ ਰਿਹਾ ਉੱਡਦਾ ਜਾ ਰਿਹਾ ਕਿਉਂ ਹੋ ਰਿਹਾ ਇਹ ਵੀ ਜ਼ਰੂਰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਆਈ ਵੁੱਡ ਲਾਈਕ ਟੂ ਨੋ ਦੀ ਡਿਫਰੈਂਸ ਬਿਟਵੀਨ ਦੀ ਅਸੈਂਬਲੀ ਜਿਵੇਂ ਹੁਣ ਸਾਡੇ ਕਾਲਰਸ ਵੀ ਨੇ ਲੋਕਾਂ ਦਾ ਜੋ ਦਰਦ ਹੈ ਮੈਂ ਸਮਝ ਸਕਦਾ ਉਸ ਗੱਲ ਨੂੰ ਦੇਖੋ ਵੀ ਆਰ ਲਾਰਜੈਸਟ ਡੈਮੋਕ੍ਰੇਸੀ ਬਟ ਨਾਓ ਵੀ ਨੀਡ ਟੂ ਰਿਫਾਈਨ ਦਿਸ ਡੈਮੋਕ੍ਰੇਸੀ ਐਂਡ ਦ ਡੈਮੋਕ੍ਰੈਟਿਕ ਸਿਸਟਮ ਆਲਸੋ ਅਸੀਂ ਲੋਕਾਂ ਤੋਂ ਵੋਟਰਸ ਤੋਂ ਉਮੀਦ ਕਰਦੇ ਹਾਂ ਵੀ ਤੁਸੀਂ ਆਪਣੇ ਘਰੋਂ ਬਾਹਰ ਨਿਕਲੋ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੋ ਵੋਟ ਜ਼ਰੂਰ ਪਾਓ ਆਪਣਾ ਨੁਮਾਇੰਦਾ ਜ਼ਰੂਰ ਚੁਣੋ ਬਟ ਹੈਵ ਵੀ ਐਵਰ ਮੇਡ ਦੈਮ ਰਿਸਪੋਂਸੀਬਲ ਕਿ ਤੁਸੀਂ ਹੁਣ ਸਾਡੇ ਐਮ ਐਲ ਏ ਬਣ ਗਏ ਹੋ ਤੁਸੀਂ ਐਮ ਪੀ ਬਣ ਗਏ ਹੋ ਤਾਂ ਯੂ ਆਰ ਆਲਸੋ ਰਿਸਪੋਂਸੀਬਲ ਮੈਂ 90 ਮੈਂ ਖੁਦ ਇੰਡੀਆ 'ਚ ਰਿਹਾ ਇੰਨਾ ਮੈਂ ਦੇਖਦਾ ਰਿਹਾ ਮੈਂ ਅੱਜ ਤੱਕ ਕਿਸੇ ਐਮ ਪੀ ਨੂੰ ਬਹੁਤ ਇੱਕ ਅੱਧਾ ਰੇਅਰ ਕੇਸ ਹੋਏਗਾ ਹੁਣ ਲੋਕ ਕਹਿਣਗੇ ਜੀ ਫਲਾਣਾ ਕਰਦਾ ਫਲਾਣਾ ਕਰਦਾ ਆਈ ਨੋ ਆਊਟ ਆਫ ਐਮ ਐਲ ਏਜ਼ ਆਪਣਾ 15-20-25 ਹੋਣਗੇ ਜਿਹੜੇ ਮੰਨ ਲਓ 50 ਹੋਣਗੇ ਜਿਹੜੇ ਆਪਣੇ ਕੌਂਸਟੀਟੂਐਂਸੀ ਦੇ ਵਿੱਚ ਜਾਂਦੇ ਨੇ ਲਾਈਕ ਹੁਣ ਦਿੱਲੀ ਦੇ ਵਿੱਚ ਵੀ ਅਸੀਂ ਦੇਖਿਆ ਕਿੰਨੇ ਐਮ ਐਲ ਏ ਆਮ ਆਦਮੀ ਪਾਰਟੀ ਦੇ ਜੁੜ ਗਏ ਕਿੰਨੇ ਐਮ ਐਲ ਏ ਨੇ ਤੁਸੀਂ ਵਾਪਸ ਆਪਣੀ ਗਲੀਆਂ ਵਿੱਚ ਵਾਪਸ ਦੇਖਿਆ ਕਿੰਨੇ ਐਮ ਪੀਜ਼ ਨੂੰ ਤੁਸੀਂ ਨੋਟਿਸ ਕੀਤਾ ਕਿ ਤੁਹਾਡੇ ਨਾਲ ਕਿਸੇ ਪ੍ਰੋਬਲਮ ਦੇ ਵਿੱਚ ਆ ਕੇ ਖੜ੍ਹੇ ਹੋਣ ਦੇ ਕਮ ਫੋਰ ਅ ਮੀਡੀਆ ਓਪਰਚੁਨਿਟੀ ਜਦੋਂ ਕਿਤੇ ਫੋਟੋ ਖਿਚਾਉਣੀ ਹੁੰਦੀ ਹੈ ਕਿਤੇ ਸਵੱਛਤਾ ਅਭਿਆਨ ਝਾੜੂ ਮਾਰਨਾ ਹੁੰਦਾ ਤਦ ਆ ਕੇ ਖੜ੍ਹੇ ਹੋ ਜਾਣਗੇ ਸਕੂਲਾਂ ਕਾਲਜਾਂ ਦੇ ਫੰਕਸ਼ਨਾਂ ਵਿੱਚ ਖੜ੍ਹੇ ਹੋ ਜਾਂਦੇ ਮਾਸ ਲੀਡਰ ਨਹੀਂ ਸੁੱਖ ਦੁੱਖ ਇਹ ਫਿਰ ਹੁੰਦਾ ਜਦੋਂ ਇਲੈਕਸ਼ਨ ਆਉਣ ਵਾਲੇ ਹੁੰਦੇ ਨੇ ਜਦੋਂ ਪਿੰਡਾਂ ਪੰਜਾਬ ਦਾ ਕਲਚਰ ਹੈ ਜੀ ਕਿਸੇ ਦੇ ਸੁੱਖ ਦੁੱਖ 'ਚ ਸ਼ਾਮਿਲ ਹੋ ਜਾਓ ਤੁਹਾਨੂੰ ਇਹ ਜਿਹੜੇ ਐਮ ਪੀ ਹੋਣਗੇ ਜਾਂ ਐਮ ਐਲ ਏ ਹੋਣਗੇ ਜਾਂ ਚੁਣਾਵ ਲੜਨ ਵਾਲੇ ਬੰਦੇ ਹੋਣਗੇ ਇਹ ਤੁਹਾਨੂੰ ਕਿਸੇ ਦੇ ਵਿਆਹ 'ਚ ਵੀ ਮਿਲ ਜਾਣਗੇ ਕਿਸੇ ਦੇ ਭੋਗ 'ਚ ਵੀ ਮਿਲ ਜਾਣਗੇ ਬਿਕੋਜ਼ ਦੇ ਹੈਵ ਦਿਸ ਇੰਟਰੈਕਸ਼ਨ ਮੈਂ ਖੁਦ ਕਈ ਪੋਲੀਟੀਸ਼ੀਅਨਸ ਨੂੰ ਦੇਖਿਆ ਉਹ ਕਹਿੰਦੇ ਹੁੰਦੇ ਆ ਕਹਿੰਦੇ ਜੀ ਹੁਣ ਚੋਣ ਆਉਣ ਵਾਲੀ ਹੈ ਹੁਣ ਪਤਾ ਕਰੋ ਪਿੰਡ 'ਚ ਕਿਸੇ ਦੇ ਘਰ ਭੋਗ ਤੇ ਨਹੀਂ ਪਿੰਡ 'ਚ ਕਿਸੇ ਦੇ ਘਰ ਮੁੰਡਨ ਤੇ ਨਹੀਂ ਕਿਸੇ ਦੇ ਘਰ ਮੁੰਡਾ ਤੇ ਨਹੀਂ ਜੰਮਿਆ ਕਿਸੇ ਦੇ ਘਰ ਵਿਆਹ ਤੇ ਨਹੀਂ ਲੈਟਸ ਗੋ ਐਂਡ ਮੀਟ ਦੈਮ ਬਟ ਜਦੋਂ ਕੰਮ ਕਰਨ ਦਾ ਟਾਈਮ ਹੁੰਦਾ ਯੂ ਵਿਲ ਨਾਟ ਫਾਈਂਡ ਦੈਮ ਯੂ ਦੇ ਆਰ ਬਿਕੋਜ਼ ਯੂ ਹੈਵ ਟੂ ਮੇਕ ਯੋਰ ਰਿਪ੍ਰੈਜ਼ੈਂਟੇਟਿਵਸ ਆਲਸੋ ਰਿਸਪੋਂਸੀਬਲ ਐਂਡ ਦੇ ਆਰ ਆਨਸਰੇਬਲ ਟੂ ਯੂ ਔਰ ਆਨਸਰੇਬਿਲਟੀ ਕਿੱਥੇ ਜਿੱਥੇ ਲੋਕ ਸਭਾ 'ਚ ਜਦੋਂ ਵਿਧਾਨ ਸਭਾ 'ਚ ਬੈਠਦੇ ਹੋ ਉੱਥੇ ਉਹ ਜਾ ਕੇ ਉੱਥੇ ਤੁਹਾਡੇ ਮੁੱਦੇ ਚੁੱਕਣ ਨਾ ਮੋਰ ਕਾਲਰਸ ਲੈਟਸ ਸੀ ਵਾਟ ਦੇ ਵਾਂਟ ਟੂ ਸੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਮੈਂ ਕੇਸਰ ਬੋਲਦਾ ਬਰਮਿੰਘਮ ਤੋਂ ਜੀ ਕੇਸਰ ਜੀ ਦੇਖੋ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਰਾਜ ਸਭਾ ਲੋਕ ਸਭਾ ਵਿੱਚ ਭੇਜਦੇ ਆ ਇਹਨਾਂ ਨੇ ਉੱਥੇ ਕਾਨੂੰਨ ਬਣਾ ਰਹੇ ਨੇ ਜੀ 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 ਉਹ ਸਾਡੀ ਪਬਲਿਕ ਨੂੰ ਚਾਹੀਦਾ ਵਾ ਇਹਨਾਂ ਨੂੰ ਪੁੱਛਿਆ ਜਾਏ ਵੀ ਤੁਸੀਂ ਸਟੱਡੀ ਦੇ ਬਾਰੇ ਕੀ ਕਰ ਰਹੇ ਹੋ ਹਸਪੀਟਲ ਬਾਰੇ ਕੀ ਕਰ ਰਹੇ ਹੋ ਚੋਪਾਂ ਬਾਰੇ ਕੀ ਕਰ ਰਹੇ ਹੋ ਜਿਸ ਵੇਲੇ ਸਾਡੇ ਕੋਲ ਵੋਟਾਂ ਮੰਗਣ ਲਈ ਆਉਂਦੇ ਆ ਸਾਡਾ ਨਾ ਇੱਕ ਸਿਸਟਮ ਬਹੁਤ ਵਿਗੜਿਆ ਹੋਇਆ ਵਾ ਜੀ ਜੀ ਜੇ ਕਿਸੇ ਦਾ ਕੋਈ ਕੇਸ ਹੋ ਜਾਂਦਾ ਤਾਂ ਅਸੀਂ ਐਮ ਐਲ ਏ ਕੋਲ ਜਾਂਦੇ ਆ ਜੀ ਥਾਣੇਦਾਰ ਨੂੰ ਫੋਨ ਕਰਦੇ ਜੀ ਐਮ ਪੀ ਨੂੰ ਕੋਲੋਂ ਫੋਨ ਕਰਾਉਂਦੇ ਆ ਜਿਹਦਾ ਕਿ ਉੱਥੇ ਹੁਣ ਅਸੀਂ ਲੋਕ ਦੇਖੋ ਨਾ ਬਾਹਰ ਰਹਿੰਦੇ ਆ ਇਹ ਤਾਂ ਲੀਡਰ ਦਾ ਹੱਕ ਹੀ ਨੀ ਥਾਣੇ ਵਿੱਚ ਫੋਨ ਕਰਨਾ ਨਸ਼ਾ ਤੇ ਜਦੋਂ ਦਾ ਦੇਸ਼ ਯਾਦ ਹੋਇਆ ਮੈਂ 5 ਸਾਲ ਦੀ ਉਮਰ ਦੇ ਵਿੱਚ ਸੀ ਉਦੋਂ ਦਾ ਨਸ਼ਾ ਤੇ ਉਦੋਂ ਵੀ ਸੀ ਹੈ ਨਾ ਜੀ ਸਾਨੂੰ ਨਾ ਪਬਲਿਕ ਨੂੰ ਵੋਟ ਦੇਣ ਵਾਲੇ
ਉਨੀ ਦੇਰ ਤੱਕ ਅਸੀਂ ਇਹ ਲੀਡਰ ਸਾਡੇ ਲਈ ਕੁਝ ਨਹੀਂ ਕਰ ਸਕਦੇ ਜੀ, ਆਪਣੇ ਆਪ ਨੂੰ ਰਿਸਪੋਨਸੀਬਲ ਹੋਣਾ ਪਏਗਾ। ਬਹੁਤ ਬਹੁਤ ਧੰਨਵਾਦ ਜੀ, ਹੋਰ ਵੀ ਕਾਲਰਸ ਨੇ ਉਹਨਾਂ ਦੇ ਵੀ ਪ੍ਰਤੀਕਰਮ ਜਾਣ ਲਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਹੈਲੋ ਜੀ, ਜੀ ਸੁਣ ਪਾ ਰਹੇ ਹੋ ਜੀ ਤੁਸੀਂ? ਹਾਂਜੀ, ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਸ਼ਰਮਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਮੈਂ ਹਰਕ੍ਰਿਤ ਸਿੰਘ, ਸਤਿ ਸ਼੍ਰੀ ਅਕਾਲ ਜੀ, ਕੇਵਲ ਜਪਾਲ ਆ ਲੀਡ ਤੋਂ ਬੋਲ ਰਿਹਾ ਜੀ। ਜੀ ਕੀ ਕਹਿਣਾ ਚਾਹੋਗੇ? ਤਾਂ ਮੇਰਾ ਖਿਆਲ ਆ ਵੀ ਜਿਹੜੇ ਤੁਸੀਂ ਮੁੱਦੇ ਰੇਜ਼ ਕੀਤੇ, ਤੁਸੀਂ ਇੱਕ ਨੇ ਕਿੰਨੇ ਰੇਜ਼ ਕੀਤੇ ਆ, ਪਰ ਚਲੋ ਸਿਆਸਤਦਾਨਾਂ ਦੇ ਰੇਜ਼ ਕੀਤੇ ਨੇ ਜੀ। ਜੀ ਜੀ, ਸਿਆਸਤਦਾਨ ਮੇਰੇ ਖਿਆਲ ਜਿੰਨੀ ਵੀ ਤੁਸੀਂ ਨਾ ਸ਼ਰਮਾ ਜੀ ਕਹਿ ਰਹੇ ਆ ਵੀ ਦੋ ਦਿਨ ਉੱਥੇ ਸਾਰੇ ਆਪਣੇ ਵਿਧਾਨ ਸਭਾ 'ਚ, ਮੈਂ ਤਾਂ ਕਹਿੰਦਾ ਬਹੁਤੇ ਮੁੱਦੇ ਤਾਂ ਮੀਡੀਆ 'ਤੇ ਉੱਠ ਰਹੇ ਆ, ਉਦੋਂ ਜ਼ਿਆਦਾ ਉੱਠ ਰਹੇ ਨੇ ਜਿੰਨੇ ਕੁ ਉੱਥੇ ਲੋੜ ਆ। ਪਰ ਇਹ ਆਪ ਇਸ ਵਿਧਾਨ ਸਭਾ ਦਾ ਦੇ ਦੋ ਜਾਂ ਤਿੰਨ ਦਿਨ ਕੌਣ ਫੇਸ ਕਰਦਾ ਆ ਜੀ? ਕੌਣ ਕਰਦਾ ਆਪਣਾ ਵਿਧਾਨ ਸਭਾ ਸਪੀਕਰ ਇਜ਼ ਦੀ ਰਿਸਪੋਂਸੀਬਲ ਐਂਡ ਸਰਕਾਰ ਜਿਹੜੀ ਤਜਵੀਜ਼ ਰੱਖਦੀ ਹੈ। ਸ਼ਰਮਾ ਜੀ, ਯੂ ਕੈਨ ਟੈਲ ਕਲੀਅਰ ਮੋਰ ਔਨ ਦਿਸ। ਨਹੀਂ ਨਹੀਂ, ਸਪੀਕਰ ਇਜ਼ ਰਿਸਪੋਂਸੀਬਲ ਟੂ ਰਨ ਦਾ ਹਾਊਸ ਪੂਰੇ ਡਿਸਿਪਲਿਨ ਤਰੀਕੇ ਦੇ ਨਾਲ। ਜਿਹੜਾ ਵਿਪਕਸ਼ ਹੁੰਦਾ ਹੈ, ਜਿਹੜਾ ਉਹਦਾ ਕੰਮ ਹੈ ਸਵਾਲ ਸਰਕਾਰ ਤੋਂ ਸਵਾਲ ਪੁੱਛਣਾ, ਉਹ ਫਿਰ ਸਰਕਾਰ ਦੇ ਮੰਤਰੀ ਉਸ ਤੋਂ ਵਨ ਬਾਈ ਵਨ ਜਵਾਬ ਦਿੰਦੇ ਨੇ, ਔਰ ਉਸ ਤੋਂ ਬਾਅਦ ਜਿਹੜੇ ਵੀ ਮੁੱਦੇ ਹੁੰਦੇ ਨੇ ਜਨਤਾ ਨਾਲ ਜੁੜੇ, ਉਹ ਫਿਰ ਇੱਕ ਉਹ ਹੁੰਦਾ ਕਿ ਸਾਰੇ ਜਿਹੜੇ MLA ਨੇ ਉਹ ਆਪਣੇ ਸਵਾਲ ਆਪਣੇ ਪੰਜਾਬ ਗਵਰਨਮੈਂਟ ਇਜ਼ ਆਲਸੋ ਰਿਸਪੋਂਸੀਬਲ ਜੀ। ਮੈਂ ਦਰਸ਼ਕਾਂ ਨੂੰ ਦੱਸਦਾ, ਪੰਜਾਬ ਗਵਰਨਮੈਂਟ ਇਜ਼ ਆਲਸੋ ਰਿਸਪੋਂਸੀਬਲ, ਜੋ ਵੀ ਸਰਕਾਰ ਸੱਤਾ ਦੇ ਵਿੱਚ ਹੈਗੀ ਹੈ ਉਹ ਰਿਸਪੋਂਸੀਬਲ ਹੁੰਦੀ ਹੈ, ਉਹ ਤੈਅ ਕਰਦੀ ਹੈ ਕਿ ਸਾਡਾ ਇਹ ਬਿੱਲਸ ਹੈਗੇ ਨੇ, ਅਸੀਂ ਇਹ ਬਿੱਲਸ ਜਿਹੜੇ ਨੇ ਇੰਨੇ ਦਿਨਾਂ ਦੇ ਵਿੱਚ ਅਸੀਂ ਪੂਰੇ ਕਰ ਲਵਾਂਗੇ, ਤਾਂ ਸਾਨੂੰ ਸਿਰਫ 3 ਦਿਨ ਚਾਹੀਦੇ ਨੇ। ਅਤੇ ਉਸ ਤੋਂ ਬਾਅਦ ਜਿਹੜੇ ਵਿਰੋਧੀ ਧਿਰ ਨੇ ਉਹ ਸਵਾਲ ਚੱਕਦੇ ਨੇ ਕਿ 3 ਦਿਨਾਂ ਦੇ ਵਿੱਚ ਗੱਲ ਨਹੀਂ ਹੋ ਪਾਏਗੀ ਤਾਂ ਤੁਹਾਨੂੰ ਜਿਹੜਾ ਸੈਸ਼ਨ ਹੈ ਉਹ ਵਧਾਉਣਾ ਚਾਹੀਦਾ, ਜਿਵੇਂ ਕਿ ਪਿਛਲੀ ਵਾਰ ਵੀ ਹੋਇਆ ਸੀ। ਹਰ ਵਾਰੀ ਹੁੰਦਾ, ਪਿਛਲੀ ਵਾਰ ਵੀ 4 ਦਿਨਾਂ ਦਾ ਸੈਸ਼ਨ ਰੱਖਿਆ ਗਿਆ ਸੀਗਾ, ਬਟ ਓਪੋਜੀਸ਼ਨ ਪਾਰਟੀ ਦੇ ਵਰ ਡਿਮਾਂਡਿੰਗ ਫੋਰ ਐਕਸਟੈਂਸ਼ਨ ਆਫ ਲਾਈਕ 5-6 ਮੋਰ ਡੇਜ਼ ਸੋ ਦੈਟ ਦੇ ਕੈਨ ਕਵਰ ਮੋਰ ਇਸ਼ੂਜ਼ ਆਫ ਪੰਜਾਬ ਫੋਰ ਦੀ ਬੈਟਰਮੈਂਟ ਆਫ ਪੰਜਾਬ, ਲੇਕਿਨ ਐਂਡ ਆਫ ਦਾ ਡੇ ਉਹ ਹੋਇਆ ਨਹੀਂ। ਔਰ ਇਸ ਵਾਰ ਵੀ ਜਿਹੜੇ ਨੇ ਉਹ 3 ਦਿਨ ਦਾ ਇਜਲਾਸ ਰੱਖਿਆ ਗਿਆ, ਔਰ ਇਹੀ ਸਵਾਲ ਵੱਡਾ ਬਣਿਆ ਹੋਇਆ ਕਿ ਸ਼ਰਮਾ ਜੀ ਵੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਈਵਨ ਵੀ ਵਾਂਟ ਐਂਡ ਈਵਨ ਆਰ ਵਿਊਅਰਸ ਆਲਸੋ ਵਾਂਟ, ਇਹੀ ਤਸਵੀਰ ਅਸੀਂ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਆਖਿਰਕਾਰ 3 ਦਿਨਾਂ ਦਾ ਇਜਲਾਸ ਕਿਉਂ? ਇੱਕ ਦਿਨ ਤੁਹਾਡਾ ਸ਼ਰਧਾਂਜਲੀ ਦੀ ਭੇਟ ਚੜ ਜੂਗਾ, 2 ਦਿਨ ਤੁਹਾਡੇ ਬਚਣਗੇ, ਉਹ 2 ਦਿਨਾਂ ਦੇ ਵਿੱਚ ਤੁਸੀਂ ਕੀ ਮੁੱਦੇ ਜਿਹੜੇ ਨੇ ਉਹ ਸੁਣਾਓਗੇ ਜਾਂ ਫਿਰ ਮੁੱਦੇ ਚੱਕੋਗੇ? ਦੇਖੋ, ਕਿਸੇ ਵੀ ਸਟੇਟ ਦੇ ਵਿੱਚ ਡੈਮੋਕ੍ਰੇਸੀ ਵਾਸਤੇ ਇੱਕ ਜਾਗਰੂਕ ਵਿਪਕਸ਼ ਹੋਣਾ ਬੜਾ ਜ਼ਰੂਰੀ ਹੈ। ਯੂ ਹੈਵ ਟੂ ਹੈਵ ਅ ਵੈਰੀ ਵਿਜੀਲੈਂਟ ਓਪੋਜੀਸ਼ਨ। ਓਪੋਜੀਸ਼ਨ ਦਾ ਕੰਮ, ਜਿਸ ਤਰ੍ਹਾਂ ਖਹਿਰਾ ਦੀ ਗੱਲ ਕਹੋ ਜਾਂ ਬਾਕੀ ਜੋ ਵੀ ਹੁੰਦਾ, ਓਪੋਜੀਸ਼ਨ ਦਾ ਕੰਮ ਹੁੰਦਾ ਸਰਕਾਰ ਤੋਂ ਸਵਾਲ ਜਵਾਬ ਕਰਨਾ ਕਿ ਜੀ ਤੁਸੀਂ ਇਹ ਕੰਮ ਕੀਤਾ ਕਿਉਂ ਕੀਤਾ, ਇਹ ਕੰਮ ਕੀਤਾ ਕਿਉਂ ਕੀਤਾ, ਦੈਨ ਸਰਕਾਰ ਹੈਜ਼ ਟੂ ਰਿਪਲਾਈ। ਉਸ ਤੋਂ ਬਾਅਦ ਲੇਟਰ ਆਨ ਜਿਹੜੇ ਆਪਣੇ ਆਪਣੇ ਮੁੱਦੇ ਹੁੰਦੇ ਨੇ, MLA ਕੋਈ ਵੀ ਖੜੇ ਹੋ ਕੇ ਕਹੇ ਜੀ ਮੈਂ ਆਪਣੇ ਇਲਾਕੇ ਦੀ ਗੱਲ ਕਰਨਾ ਚਾਹੁੰਦਾ, ਮੇਰੇ ਇਲਾਕੇ 'ਚ ਬਿਜਲੀ ਨਹੀਂ, ਮੇਰੇ ਇਲਾਕੇ 'ਚ ਮੈਡੀਕਲ ਕਾਲਜ ਨਹੀਂ, ਸਕੂਲ ਦਾ ਲੜਕੀਆਂ ਦਾ ਸਕੂਲ ਨਹੀਂ, ਸੋ ਦੇ ਕੈਨ ਰੇਜ਼ ਦਿਸ ਕਾਈਂਡ ਆਫ ਇਸ਼ੂਸ। ਦਿਸ ਆਰ ਡਿਫਰੈਂਟ ਕੈਟੇਗਰੀਜ਼ ਐਂਡ ਡਿਫਰੈਂਟ ਟਾਈਮਸ ਗਿਵਨ, 0 ਆਵਰ, ਕੁਐਸਚਨ ਆਵਰ, ਇਟ ਗੋਜ਼ ਲਾਈਕ ਦੈਟ। ਕੈਨ ਟੈਲ ਯੂ ਵਨ ਥਿੰਗ, ਕੈਨ ਟੈਲ ਯੂ ਵਨ ਥਿੰਗ, ਆਈ ਐਮ ਸੋਰੀ ਆਮ ਇੰਟਰਪਟਿੰਗ ਇਨ ਬਿਟਵੀਨ, ਬਟ ਜਿਵੇਂ ਪਿਛਲੀ ਵਾਰ ਮੈਂ ਇਜਲਾਸ ਦੇਖਿਆ ਸੀਗਾ, ਜਦ ਮੈਂ ਹੁਣ ਅੱਖਾਂ ਬੰਦ ਕਰਦਾ ਇਜਲਾਸ ਦੇਖਦਾ, ਤਾਂ ਹੈਵ ਸੀਨ ਸੁਖਪਾਲ ਖਹਿਰਾ ਯੂ ਨੋ ਇਟਸ ਸਕਰੀਮਿੰਗ ਔਨ ਦੀ ਓਪੋਜੀਸ਼ਨ ਪਾਰਟੀ ਐਂਡ ਚਲਾ ਰਹੇ ਨੇ ਆਪਣੇ ਮੁੱਦਿਆਂ ਨੂੰ ਲੈ ਕੇ, ਹੀ ਇਜ਼ ਟਾਕਿੰਗ। ਬਟ ਹੁਣ ਮੈਂ ਜਦ ਅਗਰ ਅੱਖ ਬੰਦ ਕਰਦਾ, ਅਗਰ ਮੈਂ ਇਜਲਾਸ ਦੀ ਤਸਵੀਰ ਵੇਖਦਾ, ਅਗਰ ਤੁਸੀਂ ਵੀ ਬੰਦ ਕਰਦੇ ਹੋ, ਤੁਹਾਨੂੰ ਕੀ ਲੱਗਦਾ? ਜਸਟ ਆਈ ਐਮ ਟਾਕਿੰਗ ਅਬਾਊਟ ਸੁਖਪਾਲ ਖਹਿਰਾ। ਨਹੀਂ, ਇਸ ਵਾਰੀ ਮੈਂ ਤੁਹਾਨੂੰ 2 ਚੀਜ਼ਾਂ ਦੱਸੀਆਂ ਨੇ ਕਿ ਇੱਕ ਤਾਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਹੰਗਾਮਾ ਹੋਣਾ ਹੀ ਹੋਣਾ, ਦੂਜਾ ਇਹ ਕੜਿੱਕੀ ਵਿੱਚ ਆਮ ਆਦਮੀ ਫਟੀ ਜੋ ਹੈਗੀ ਆਮ ਆਦਮੀ ਪਾਰਟੀ ਫਸੀ ਹੋਈ ਹੈ ਇਹਦੇ ਵਿੱਚ, ਉਹਨਾਂ ਦੇ ਵਿੱਚ ਹੈ ਕਿ ਉਹ 2 ਧਿਰਾਂ ਵਿੱਚ ਫਸੇ ਹੋਏ ਨੇ। ਆਮ ਆਦਮੀ ਪਾਰਟੀ ਸੁਖਪਾਲ ਖਹਿਰਾ ਨੇ ਆਪਣਾ ਗਰੁੱਪ ਅਲੱਗ ਕਰ ਲਿਆ ਕਿ ਅਸੀਂ ਖੁਦ ਮੁਖਤਾਰ ਹਾਂ, ਅਸੀਂ ਇਹ ਨਹੀਂ ਕਰਨਾ ਉਹ ਨਹੀਂ ਕਰਨਾ, LOP ਨਵਾਂ ਬਣ ਗਿਆ, ਉਹਨਾਂ ਦੇ ਆਪਣੇ ਝਗੜੇ ਪਏ, ਸੀਟਾਂ ਪਿੱਛੋਂ ਤੋਂ ਅੱਗੇ ਕਰਤੀਆਂ, ਅੱਗੇ ਤੋਂ ਪਿੱਛੇ, ਆਲ ਦਿਸ ਹੈਪਨਿੰਗ ਨਾਓ। ਆਮ ਆਦਮੀ ਪਾਰਟੀ ਦਾ ਹੀ ਸਟੈਂਡ ਹੈ ਕਿ ਆਮ ਆਦਮੀ ਪਾਰਟੀ ਇਜ਼ LOP ਹੈਗਾ, ਉਹਨਾਂ ਦੇ ਮੇਨ ਵਿਪਕਸ਼ ਪਾਰਟੀ ਹੈ, ਅਤੇ ਉਹ ਕਿੰਨਾ ਮੁੱਦਾ ਚੁੱਕਣਗੇ, ਦਿਸ ਇਜ਼ ਗੋਇੰਗ ਟੂ ਬੀ ਅ ਕ੍ਰਾਈਸਿਸ। ਆਈ ਹੈਵ ਮੋਰ ਕਾਲਰਸ, ਲੈਟਸ ਸੀ ਵਾਟ ਦੇ ਵਾਂਟ ਟੂ ਸੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਬੇਨਤੀ ਕਰਨੀ ਹੈ ਕਿ ਕਾਂਗਰਸ ਪਾਰਟੀ ਵੀ ਜਿਹੜੀ ਉਹ ਵੀ ਚੁਣੀ ਗਈ ਡੈਮੋਕ੍ਰੈਟਿਕਲੀ, ਤੇ ਜਿਹੜੀ ਸਿਆਸੀ ਪਾਰਟੀ ਸੀ ਬਾਦਲਾਂ ਦੀ ਆ ਉਹ ਵੀ ਚੁਣੀ ਗਈ, ਉਹਨਾਂ ਨੇ ਸਾਡਾ ਦੋਹਾਂ ਨੇ ਸਤਿਆਨਾਸ ਕਰਨ ਵਾਸਤੇ ਕਸਰ ਕੋਈ ਨਹੀਂ ਛੱਡੀ ਜੀ। ਨਸ਼ਿਆਂ ਦੇ ਵਿੱਚ ਕਹਿ ਲਓ, ਬੇ ਰੁਜ਼ਗਾਰੀ ਵਿੱਚ ਕਹਿ ਲਓ, ਤੇ ਜਾਂ ਜਿਹੜੇ ਆਪਣੇ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ ਉਹਨਾਂ ਵਿੱਚ ਕਹਿ ਲਓ, ਐਸ ਵਾਈ ਐਸ ਦਾ ਮਸਲਾ ਉਹ ਕਹਿ ਲਓ, ਜੋ ਮਰਜ਼ੀ ਕਹਿ ਲਓ, ਦੋਹਾਂ ਨੇ
ਸਾਡਾ ਪੂਰੀ ਤਰ੍ਹਾਂ ਪੰਜਾਬ ਦਾ ਪੱਠਾ ਬਾਲ ਦਿੱਤਾ। ਜੀ ਜੀ, ਜਿਹੜੀ ਜਿਹੜੀ ਜਿਹੜੇ ਵਿਸ਼ਵਾਸ ਤੁਸੀਂ ਜਿਤਾਇਆ ਸੀਗਾ, ਜਿਸ ਹੱਕ ਦੇ ਨਾਲ ਤੁਸੀਂ ਵੋਟ ਦਿੱਤਾ ਸੀਗੀ, ਉਸ ਵੋਟ ਦੇ ਉੱਤੇ ਉਹ ਉਹਨਾਂ ਨੇ ਆਪਣਾ ਕੰਮ ਨਹੀਂ ਕੀਤਾ, ਖਰੇ ਨਹੀਂ ਉਤਰੇ। ਮੈਂ ਦਰਸ਼ਕਾਂ ਨੂੰ ਇੱਥੇ ਇਹ ਕਹਿਣਾ ਚਾਹਾਂਗਾ, ਹੁਣ ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਲੇਕਿਨ ਮੈਂ ਜਾਂਦੇ ਜਾਂਦੇ ਦਰਖਾਸਤ ਤਾਂ ਜ਼ਰੂਰ ਕਰਾਂਗਾ ਕਿ ਮੈਂ ਹਮੇਸ਼ਾ ਦਰਖਾਸਤ ਕਰਦਾ, ਹੁਣ ਵੀ ਕਰਾਂਗਾ ਕਿ ਤੁਸੀਂ ਪੰਜਾਬ ਦੇ ਵਿੱਚ ਇੱਕ ਘਰ ਜ਼ਰੂਰ ਛੱਡੋ, ਤਾਂ ਕਿ ਤੁਹਾਡਾ ਪਰਿਵਾਰ ਜਿਹੜਾ ਇੱਕ ਪਰਿਵਾਰ ਉੱਥੇ ਜ਼ਰੂਰ ਰਹੇ, ਤਾਂ ਕਿ ਜਿਹੜੇ ਤੁਹਾਡੇ ਪਿੰਡ ਦੇ ਮਸਲੇ ਨੇ, ਤੁਹਾਡੇ ਹਲਕੇ ਦੇ ਮਸਲੇ ਨੇ, ਉੱਥੇ ਕੋਈ ਆਵਾਜ਼ ਬੁਲੰਦ ਕਰਨ ਵਾਲਾ ਹੋਏ। ਔਰ ਜਦ ਤੁਸੀਂ ਸਮਝਦੇ ਹੋ ਸਾਰੀ ਗੱਲਾਂ ਨੂੰ, ਤਾਂ ਤੁਸੀਂ ਉਹਨਾਂ ਨੂੰ ਵੀ ਐਜੂਕੇਟ ਕਰੋ ਪਿੰਡ ਦੇ ਵਿੱਚ ਵੱਸਦੇ ਆਪਣੇ ਰਿਸ਼ਤੇਦਾਰਾਂ ਨੂੰ, ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲ ਸਕੇ ਕਿ ਆਖਿਰਕਾਰ ਆਪਾਂ ਕਿਹੜੇ ਕਿਹੜੇ ਮੁੱਦਿਆਂ ਦੇ ਉੱਤੇ ਆਪਣੇ ਵਿਧਾਇਕ ਨੂੰ ਘੇਰਨਾ, ਅਤੇ ਆਪਣੇ ਮੈਂਬਰ ਆਫ ਪਾਰਲੀਮੈਂਟ ਨੂੰ, ਐਮ ਪੀ ਨੂੰ ਘੇਰਨਾ, ਅਤੇ ਆਪਣੇ ਮਿਊਂਸੀਪਲ ਕਾਰਪੋਰੇਟਰ ਨੂੰ ਘੇਰਨਾ। ਐਜੂਕੇਟ ਕਰੋ, ਤੁਹਾਡੀ ਵੀ ਥੋੜ੍ਹੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਵੀ ਕਾਲ ਕਰਕੇ ਉਹਨਾਂ ਨੂੰ ਦੱਸਿਆ ਕਰੋ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਦਾ, ਮੇਰੇ ਪਿੰਡ ਦੇ ਵਿੱਚ ਰਹਿੰਦੇ ਨੇ, ਅਤੇ ਮੈਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰਦਾ, ਉਹਨਾਂ ਨੂੰ ਸਮਝਾਉਂਦਾ ਕਿ ਤੁਸੀਂ ਇਹ ਗੱਲਾਂ ਕਰੋ ਜਾ ਕੇ ਆਪਣੇ ਐਮ ਸੀ ਦੇ ਨਾਲ, ਅਗਰ ਤੁਹਾਨੂੰ ਲੱਗਦਾ ਹੈ। ਵਾਕਈ ਆਪਾਂ ਸਿਰਫ ਇੱਥੇ ਤੱਕ ਹੀ ਸੀਮਿਤ ਨਾ ਰਹੀਏ, ਇਸੀ ਪਲੈਟਫਾਰਮ ਦੇ ਉੱਤੇ ਸੀਮਿਤ ਨਾ ਰਹੀਏ, ਥੋੜ੍ਹੀ ਆਪਣੀ ਵੀ ਜ਼ਿੰਮੇਵਾਰੀ ਐਜ਼ ਐਨ ਇੰਡੀਵਿਜੁਅਲ ਨਿਭਾ ਕੇ ਆਪਾਂ ਉਹ ਗੱਲ ਵੀ ਉੱਥੇ ਤੱਕ ਪਹੁੰਚਾਈਏ, ਤਾਂ ਕਿ ਉਹ ਉਹਨਾਂ ਦੀ ਆਵਾਜ਼ ਉੱਥੇ ਮੌਜੂਦ ਪੈਰੋਕਾਰਾਂ ਦੇ ਕੰਨਾਂ ਤੱਕ ਪਹੁੰਚੇ, ਉੱਥੇ ਮੌਜੂਦ ਅਹੁਦੇਦਾਰਾਂ ਦੇ ਕੰਨਾਂ ਤੱਕ ਪਹੁੰਚੇ। ਅੱਜ ਦੇ ਮੁੱਦੇ ਦੇ ਵਿੱਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜੇ ਵਿਸ਼ੇ ਨੇ ਇਹ ਜ਼ਰੂਰ ਉਠਾਉਣੇ ਚਾਹੀਦੇ ਨੇ, ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@jasbroadcasting.com, harkirat@jasbroadcasting.com ਦੇ ਉੱਤੇ, ਔਰ ਅਸੀਂ ਤੁਹਾਨੂੰ ਪਲ ਪਲ ਦੀ ਜਾਣਕਾਰੀ ਇਜਲਾਸ ਦੀ ਵੀ ਦਿੰਦੇ ਰਹਾਂਗੇ। ਸਾਡੇ ਜਿਹੜੇ ਹੋਰ ਵੱਖ ਵੱਖ ਸ਼ੋਜ਼ ਨੇ, ਪ੍ਰਾਈਮ ਟਾਈਮ ਨਿਊਜ਼ ਅਤੇ ਜਿਹੜੇ ਹੋਰ ਸਾਡੇ ਪੰਜਾਬ ਅਪਡੇਟ ਨੇ, ਤੁਹਾਨੂੰ ਮਿਲਦੇ ਰਹਿਣਗੇ ਇਜਲਾਸ ਦੇ ਜਸ ਬ੍ਰੋਡਕਾਸਟਿੰਗ ਦੇ ਉੱਤੇ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀ ਅਤੇ ਨਵੀਨ ਸ਼ਰਮਾ ਜੀ ਹੋਰਾਂ ਨੂੰ ਦੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।